ਕਿ ਤੁਸੀਂ ਓਵਰਵੇਟ ਹੋ, ਕਿ ਤੁਸੀਂ ਖਰਾਟੇ ਬਹੁਤ ਜ਼ਿਆਦਾ ਮਾਰਦੇ ਹੋ, ਤੁਸੀਂ ਪੀੜਿਤ ਹੋ ਸਕਦੇ ਹੋ ਓਬਸਟ੍ਰਕਟਿਵ ਸਲੀਪ ਐਪਨੀਆ ਜਾਂ ਓਬੈਸਿਟੀ ਸਲੀਪ ਹਾਈਪੋਵੈਂਟੀਲੇਸ਼ਨ ਸਿੰਡਰੋਮ ਜਾਂ ਸੈਂਟਰਲ ਸਲੀਪ ਐਪਨੀਆ ਤੋਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਡਾਕਟਰ ਡਾਕਟਰ ਦਿਲਬਾਗ ਸਿੰਘ ਰੰਧਾਵਾ, ਕੰਸਲਟੈਂਟ ਪਰਨੋਲੋਜਿਸਟ ਐਂਡ ਸਲੀਪ ਮੈਡੀਸਨ ਸਪੈਸ਼ਲਿਸਟ ਐਟ ਅਮਨਦੀਪ ਗਰੁੱਪ ਆਫ ਹੋਸਪਿਟਲਸ। ਅੱਜ ਅਸੀਂ ਗੱਲ ਕਰਾਂਗੇ ਸਲੀਪ ਐਂਡ ਸਲੀਪ ਡਿਸਆਰਡਰ ਬਾਰੇ ਅਤੇ ਉਹਨਾਂ ਦੀ ਐਸੋਸੀਏਸ਼ਨ ਵਿਦ ਰੈਸਪੀਰੇਟਰੀ ਸਿਸਟਮ ਬਾਰੇ। ਸਭ ਤੋਂ ਪਹਿਲਾਂ ਤਾਂ ਨੀਂਦ ਸਾਡੇ ਵਾਸਤੇ ਕਿਉਂ ਜ਼ਰੂਰੀ ਹੈ? ਕਿਹਾ ਜਾਂਦਾ ਕਿ ਇੱਕ ਨੋਰਮਲ ਹਿਊਮਨ ਬੀਂਗ ਆਪਣਾ 1/3 ਆਫ ਲਾਈਫ ਸਪੈਂਡ ਕਰਦਾ ਸੌਣ ਦੇ ਵਿੱਚ। ਸਾਡੇ ਨੋਰਮਲ ਫੰਕਸ਼ਨਿੰਗ ਵਾਸਤੇ, ਸਾਡੇ ਇਮਿਊਨ ਸਿਸਟਮ ਵਾਸਤੇ, ਸਾਡੇ ਬ੍ਰੇਨ ਦੀ ਪਰਫੋਰਮੈਂਸ ਵਾਸਤੇ। ਹੁਣ ਅਸੀਂ ਗੱਲ ਕਰਾਂਗੇ ਨੀਂਦ ਦੀ ਐਸੋਸੀਏਸ਼ਨ, ਅਸੀਂ ਗੱਲ ਕਰਾਂਗੇ ਓਬਸਟ੍ਰਕਟਿਵ ਸਲੀਪ ਐਪਨੀਆ, ਓਬੈਸਿਟੀ ਹਾਈਪੋਵੈਂਟੀਲੇਸ਼ਨ ਸਿੰਡਰੋਮ, ਸੈਂਟਰਲ ਸਲੀਪ ਐਪਨੀਆ। ਬੇਸਿਕਲੀ ਇਹਨਾਂ ਸਾਰੀਆਂ ਦਿੱਕਤ ਦੇ ਵਿੱਚ ਕੀ ਹੁੰਦਾ ਕਿ ਪੇਸ਼ੈਂਟ ਆਉਂਦਾ ਮੋਸਟਲੀ ਸਾਡੇ ਕੋਲ ਖਰਾਟਿਆਂ ਦੀ ਦਿੱਕਤ ਦੇ ਨਾਲ। ਉਹ ਖਰਾਟਿਆਂ ਦੀ ਦਿੱਕਤ ਇੰਨਾ ਜ਼ਿਆਦਾ ਡਿਸਟਰਬ ਹੁੰਦਾ ਹੈ ਕਿ ਉਹ ਉਹਨਾਂ ਦੇ ਕੋਲ ਸੌ ਨਹੀਂ ਸਕਦਾ। ਉਸ ਤੋਂ ਇਲਾਵਾ ਉਹ ਓਬਜ਼ਰਵ ਕਰਦੇ ਨੇ ਕਿ ਜਦੋਂ ਵੀ ਪੇਸ਼ੈਂਟ ਨੂੰ ਖਰਾਟਿਆਂ ਦੀ ਦਿੱਕਤ ਆਉਂਦੀ ਹੈ ਤਾਂ ਇੱਕਦਮ ਪੇਸ਼ੈਂਟ ਦਾ ਸਾਹ ਬਹੁਤ ਜ਼ਿਆਦਾ ਰੁਕ ਜਾਂਦਾ ਹੈ, ਚੋਕਿੰਗ ਸਪੈਲਸ ਆਉਂਦੇ ਨੇ, ਗੈਸਪਿੰਗ ਸਪੈਲਸ ਆਉਂਦੇ ਨੇ, ਪੇਸ਼ੈਂਟ ਦਾ ਮੂੰਹ ਬਹੁਤ ਸੁੱਕਿਆ ਹੁੰਦਾ ਹੈ, ਅਤੇ ਨਾਲ ਹੁੰਦਾ ਕਿ ਪੇਸ਼ੈਂਟ ਦੇ ਜੋ ਡੇ ਟਾਈਮ ਪਰਫੋਰਮੈਂਸ ਹੁੰਦੀ ਹੈ ਉਹ ਘੱਟਦੀ ਜਾਂਦੀ ਹੈ, ਅਤੇ ਮੋਟਰ ਵਹੀਕਲ ਐਕਸੀਡੈਂਟ ਦਾ ਰਿਸਕ ਵੀ ਵੱਧ ਜਾਂਦਾ ਹੈ। ਤਾਂ ਮੋਸਟ ਲਾਈਕਲੀ ਅਸੀਂ ਗੱਲ ਕਰਾਂਗੇ ਇਹਦੀ ਐਸੋਸੀਏਸ਼ਨ ਕੀ ਕਿੰਨਾ ਬਿਮਾਰੀਆਂ ਦੇ ਨਾਲ ਜ਼ਿਆਦਾ ਹੁੰਦੀ ਹੈ। ਆਲਰੇਡੀ ਜੇ ਕੋਈ ਪੇਸ਼ੈਂਟ ਲੰਗ ਡਿਜ਼ੀਜ਼ ਦਾ ਹੈਗਾ, ਜਿਵੇਂ ਕੋਈ COPD ਦਾ ਪੇਸ਼ੈਂਟ ਹੈ, ਅਸਥਮਾ ਦਾ ਪੇਸ਼ੈਂਟ ਹੈ, ILD ਦਾ ਪੇਸ਼ੈਂਟ ਆ, ਨਿਊਰੋਮਸਕੂਲਰ ਡਿਸਆਰਡਰ ਦਾ ਪੇਸ਼ੈਂਟ ਆ, ਇਹਨਾਂ ਸਾਰਿਆਂ ਪੇਸ਼ੈਂਟ ਦੇ ਵਿੱਚ ਸਲੀਪ ਡਿਸਆਰਡਰ ਬਰੀਦਿੰਗ ਦੇ ਰਿਸਕ ਵੱਧ ਜਾਂਦੇ ਆ। ਜੋ ਓਬਸਟ੍ਰਕਟਿਵ ਸਲੀਪ ਐਪਨੀਆ ਵਾਲੇ ਪੇਸ਼ੈਂਟ ਨੇ ਉਹ ਇੱਕ ਸਪੈਸ਼ਲ ਫੀਨੋਟਾਈਪ ਹੁੰਦੀ ਹੈ ਪੇਸ਼ੈਂਟ ਦੀ, ਜਿਹਦੇ ਵਿੱਚ ਪੇਸ਼ੈਂਟ ਮੋਸਟਲੀ ਓਵਰਵੇਟ ਹੁੰਦੇ ਨੇ ਸਾਰੇ, ਉਹਨਾਂ ਦਾ BMI ਨੋਰਮਲ ਤੋਂ ਕਾਫੀ ਜ਼ਿਆਦਾ ਹੁੰਦਾ ਹੈ। ਪੇਸ਼ੈਂਟ ਦਾ ਜੋ ਨੈਕ ਸਰਕਮਫਰੈਂਸ ਆ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ, ਐਬਡੋਮੀਨਲ ਸਰਕਮਫਰੈਂਸ ਆ ਉਹ ਵੀ ਬਹੁਤ ਜ਼ਿਆਦਾ ਹੁੰਦਾ ਹੈ। ਤਾਂ ਜਦੋਂ ਲੇਟਦੇ ਨੇ ਤਾਂ ਬੇਸਿਕਲੀ ਅਪਰ ਏਅਰਵੇ ਰੈਜ਼ਿਸਟੈਂਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਤਾਂ ਸਾਡਾ ਜੋ ਏਅਰਵੇ ਆ ਕੋਲੈਪਸ ਹੋ ਜਾਂਦਾ ਹੈ, ਤਾਂ ਉਹਦੇ ਕਰਕੇ ਸਨੋਰਿੰਗ ਤੋਂ ਬਾਅਦ ਐਪਨੀਆਂ ਸਟਾਰਟ ਹੋ ਜਾਂਦੇ ਆ। ਏਜ ਇਹਨਾਂ ਦੀ ਮੋਸਟ ਲਾਈਕਲੀ 50 ਹੁੰਦੀ ਹੈ। ਮੇਲਸ ਦੇ ਵਿੱਚ ਕੰਪੈਰੇਟਿਵਲੀ OSA ਦਾ ਰਿਸਕ ਜ਼ਿਆਦਾ ਹੁੰਦਾ ਹੈ ਕੰਪੈਰੇਟਿਵਲੀ ਫੀਮੇਲਸ ਪੇਸ਼ੈਂਟ ਦੇ ਨਾਲੋਂ। ਇਹ ਪੇਸ਼ੈਂਟ ਪ੍ਰੋਨ ਹੋ ਜਾਂਦੇ ਨੇ ਕਾਰਡੀਅਕ ਫੇਲੀਅਰ ਦੇ ਵਾਸਤੇ, ਏਰਿਦਮੀਆਸ ਦੇ ਵਾਸਤੇ, ਸਟ੍ਰੋਕ ਵਾਸਤੇ, ਡਿਪਰੈਸ਼ਨ ਦੇ ਲਈ, ਇਹ ਸਾਰੀਆਂ ਚੀਜ਼ਾਂ ਦਾ ਰਿਸਕ ਵੱਧ ਜਾਂਦਾ ਹੈ। ਕਿਉਂਕਿ ਹੁੰਦਾ ਕਿ ਇਹ ਪੇਸ਼ੈਂਟ ਜੋ ਓਬੈਸਿਟੀ ਹਾਈਪੋਵੈਂਟੀਲੇਸ਼ਨ ਸਿੰਡਰੋਮ ਇੱਕ ਅਲੱਗ ਫੀਨੋਟਾਈਪ ਆ, ਜਿਹਦੇ ਵਿੱਚ ਪੇਸ਼ੈਂਟ ਨੂੰ ਦਿਨੇ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ। ਇੰਨੀ ਨੀਂਦ ਆਉਂਦੀ ਹੈ ਕਿ ਪੇਸ਼ੈਂਟ ਬੈਠੇ ਬੈਠੇ ਵੀ ਸੋ ਜਾਂਦਾ ਹੈ, ਕਿਸੇ ਨਾਲ ਗੱਲ ਕਰਦੇ ਵਕਤ ਸੋ ਜਾਂਦਾ ਹੈ, TV ਦੇਖਦੇ ਵਕਤ ਸੋ ਜਾਂਦਾ ਹੈ, ਕਿ ਪੇਸ਼ੈਂਟ ਕਈ ਵਾਰ ਡਰਾਈਵ ਕਰ ਰਿਹਾ ਗੱਡੀ ਦੇ ਵਿੱਚ ਬੈਠਿਆ ਸੋ ਜਾਂਦਾ ਹੈ। ਤਾਂ ਉਹਨਾਂ ਦੇ ਵਿੱਚ ਪੇਸ਼ੈਂਟ ਪ੍ਰੈਜੈਂਟ ਕਰਦੇ ਨੇ ਓਬੈਸਿਟੀ ਹਾਈਪੋਵੈਂਟੀਲੇਸ਼ਨ ਸਿੰਡਰੋਮ ਵਿਦ ਐਕਸੈਸਿਵ ਡੇ ਟਾਈਮ ਸਲੀਪੀਨੈਸ। ਜੋ OSA ਦੇ ਪੇਸ਼ੈਂਟ ਹੁੰਦੇ ਉਹ ਮੋਸਟ ਲਾਈਕਲੀ ਸਨੋਰਿੰਗ ਦੇ ਨਾਲ ਪ੍ਰੈਜੈਂਟ ਕਰਦੇ ਨੇ, ਰਾਤ ਨੂੰ ਐਪਨੀਆਸ ਦੇ ਨਾਲ ਪ੍ਰੈਜੈਂਟ ਕਰਦੇ ਨੇ। ਲੇਕਿਨ ਜੋ ਓਬੈਸਿਟੀ ਹਾਈਪੋਵੈਂਟੀਲੇਸ਼ਨ ਦੇ ਸਿੰਡਰੋਮ ਨੇ ਉਹਨਾਂ ਦੇ ਵਿੱਚ ਐਕਸੈਸਿਵ ਸਲੀਪੀਨੈਸ ਦਾ ਰਿਸਕ ਵੱਧ ਜਾਂਦਾ ਹੈ, ਸਾਡੀ ਜੋ ਨੋਰਮਲ ਵੈਂਟੀਲੇਸ਼ਨ ਡਰਾਈਵ ਆ ਉਹ ਘੱਟ ਜਾਂਦੀ ਆ, ਉਹਦੇ ਕਰਕੇ ਕੀ ਹੁੰਦਾ ਪੇਸ਼ੈਂਟ ਕਾਰਬਨ ਡਾਈਆਕਸਾਈਡ ਰਿਟੇਨ ਕਰਨ ਲੱਗਦੇ ਨੇ। ਤਾਂ ਮੋਸਟਲੀ ਜਿਹੜੇ ਓਬੈਸਿਟੀ ਹਾਈਪੋਵੈਂਟੀਲੇਸ਼ਨ ਦੇ ਪੇਸ਼ੈਂਟ ਨੇ ਇਹਨਾਂ ਦੇ ਵਿੱਚ ਐਡਮਿਸ਼ਨ ਦਾ ਰਿਸਕ ਬਹੁਤ ਵੱਧ ਜਾਂਦਾ ਡਿਊ ਟੂ CO2 ਨਾਰਕੋਸਿਸ ਜਾਂ ਟਾਈਪ 2 ਰੈਸਪੀਰੇਟਰੀ ਫੇਲੀਅਰ, ਕਿਉਂਕਿ ਪੇਸ਼ੈਂਟ ਕਾਰਬਨ ਡਾਈਆਕਸਾਈਡ ਰਿਟੇਨ ਕਰਦੇ ਰਹਿੰਦੇ ਨੇ ਅਤੇ ਵਾਰ ਵਾਰ ਟਾਈਪ 2 ਰੈਸਪੀਰੇਟਰੀ ਫੇਲੀਅਰ ਦੇ ਨਾਲ ਹੁੰਦੇ ਨੇ। ਹੁਣ ਅਸੀਂ ਇਹ ਪੇਸ਼ੈਂਟ ਨੂੰ ਡਾਇਗਨੋਸ ਕਿਵੇਂ ਕਰ ਸਕਦੇ ਹਾਂ? ਤਾਂ ਸਭ ਤੋਂ ਨੋਰਮਲੀ ਜਦੋਂ ਪੇਸ਼ੈਂਟ OPD ਦੇ ਵਿੱਚ ਆਉਂਦਾ, ਸਾਡੇ ਕੋਲ ਥੋੜ੍ਹਾ ਸਕੋਰਿੰਗ ਸਿਸਟਮ ਹੁੰਦਾ ਜਿਹਦੇ ਵਿੱਚ ਆਪਾਂ ਸਟੋਪ ਬੈਂਕ ਸਕੋਰਿੰਗ ਸਿਸਟਮ ਐਪਸਵਰਥ ਸਲੀਪੀਨੈਸ ਸਕੋਰ ਯੂਜ਼ ਕਰਦੇ ਹਾਂ, ਤਾਂ ਜਿਹੜਾ ਪੇਸ਼ੈਂਟ ਲੱਗਦਾ ਹੈ ਕਿ ਕ੍ਰਿਟੀਰੀਆ ਦੇ ਵਿੱਚ ਬੈਠ ਰਿਹਾ ਆ ਕਿ ਮੋਡਰੇਟ ਜਾਂ ਸਵੇਅਰ OSA ਦੇ ਵਿੱਚ, ਫਿਰ ਅਸੀਂ ਰਿਕਮੈਂਡ ਕਰਦੇ ਹਾਂ ਜਾਂ ਤਾਂ ਹੋਮ ਸਲੀਪ ਐਪਨੀਆ ਟੈਸਟਿੰਗ ਜਾਂ ਫਿਰ ਪੋਲੀਸੋਮਨੋਗ੍ਰਾਫੀ Level 1 or 2, ਡਿਪੈਂਡਿੰਗ ਔਨ ਕਿ ਪੇਸ਼ੈਂਟ ਦੇ ਸਿਮਟਮ ਕਿਵੇਂ ਨੇ, ਹੋਰ ਉਹਦੀਆਂ ਕੋਮੋਬਿਡਿਟੀਜ਼ ਕਿੰਨੀਆਂ ਕਾ, ਤਾਂ ਪੇਸ਼ੈਂਟ ਦਾ ਜੋ ਲੱਗ ਰਿਹਾ OSA ਮੋਡਰੇਟ ਆ ਸਵੇਅਰ ਆ ਕਿਵੇਂ ਦਾ ਆ।
ਤਾਂ ਜਦੋਂ ਆਪਾਂ ਫਿਰ ਪੋਲੀਸੋਮਨੋਗ੍ਰਾਫੀ ਜਾਂ ਸਲੀਪ ਸਟੱਡੀ ਕਰਦੇ ਹਾਂ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੇਸ਼ੈਂਟ ਨੂੰ ਰਾਤ ਕਿੰਨੀ ਵਾਰ ਐਪਨੀਆ ਸੋਇਆ, ਕਿੰਨੀ ਵਾਰ ਪੇਸ਼ੈਂਟ ਦੀ ਸੈਚੂਰੇਸ਼ਨ ਫਾਲ ਕੀਤੀ, ਜਿਹਦੇ ਵਿੱਚ ਪੂਰਾ ਸਾਡੇ ਕੋਲ ਪੈਰਾਮੀਟਰਸ ਹੁੰਦੇ ਨੇ ECG, EEG, EMG, ਓਰੋਨੇਜ਼ਲ ਐਂਡ ਐਬਡੋਮੀਨਲ ਹੁੰਦੀਆਂ, ਬੈਲਟਸ ਹੁੰਦੀਆਂ ਆ, ਤਾਂ ਇਹ ਡਾਇਗਨੋਸ ਕਰਨ ਦੇ ਵਿੱਚ ਹੈਲਪ ਕਰਦਾ ਹੈ ਕਿ ਪੋਲੀਸੋਮਨੋਗ੍ਰਾਫੀ ਸਲੀਪ ਐਪਨੀਆਸ ਨੂੰ। ਫਿਰ ਇਸ ਤੋਂ ਬਾਅਦ ਨਾਲ ਹੀ ਜਦੋਂ ਆਪਾਂ ਸਲੀਪ ਸਟੱਡੀ ਕਰਦੇ ਹਾਂ ਪੇਸ਼ੈਂਟ, ਇਸ ਤੋਂ ਬਾਅਦ ਆਪਾਂ ਉਹਦੀ ਬਾਈਪੈਪ ਅਤੇ ਸੀਪੈਪ ਟਾਈਟਰੇਸ਼ਨ ਕਰਦੇ ਹਾਂ। ਸੀਪੈਪ ਬਾਰੇ ਮੈਂ ਥੋੜ੍ਹਾ ਜਿਹਾ ਦੱਸਦਾ, ਇੱਕ ਮਸ਼ੀਨ ਹੁੰਦੀ ਹੈ ਜੋ ਪ੍ਰੈਸ਼ਰ ਦੇ ਨਾਲ ਹਵਾ ਸਾਡੇ ਅੰਦਰ ਮਾਰਦੀ ਹੈ, ਜਿਹਦੇ ਨਾਲ ਕੀ ਹੁੰਦਾ ਸਾਡਾ ਏਅਰਵੇ ਖੁੱਲ੍ਹਿਆ ਰਹਿੰਦਾ ਹੈ ਅਤੇ ਪੇਸ਼ੈਂਟ ਨੂੰ ਐਪਨੀਆਸ ਅਤੇ ਸਨੋਰਿੰਗ ਤੋਂ ਬਚਾਉਂਦੀ ਹੈ। ਅਤੇ ਜਦੋਂ ਆਪਾਂ ਸਲੀਪ ਸਟੱਡੀ ਕਰਦੇ ਹਾਂ ਅਸੀਂ ਨਾਲ ਹੀ ਉਹਦੇ ਸੀਪੈਪ ਟਾਈਟਰੇਸ਼ਨ ਕਰਦੇ ਹਾਂ ਕਿ ਕਿੰਨੇ ਪ੍ਰੈਸ਼ਰ ਦੇ ਉੱਤੇ ਪੇਸ਼ੈਂਟ ਨੂੰ ਐਪਨੀਆਸ ਨਹੀਂ ਹੁੰਦੇ, ਤਾਂ ਉਹ ਪ੍ਰੈਸ਼ਰ ਫਿਰ ਸੈੱਟ ਕੀਤਾ ਜਾਂਦਾ ਅਤੇ ਪੇਸ਼ੈਂਟ ਨੂੰ ਬਾਈਪੈਪ ਮਸ਼ੀਨ 'ਚ ਐਡਵਾਈਸ ਕੀਤੀਆਂ ਜਾਂਦੀਆਂ। ਅਤੇ ਪੇਸ਼ੈਂਟ ਨੂੰ ਐਡਵਾਈਸ ਕੀਤਾ ਜਾਂਦਾ ਹੈ ਕਿ ਕਰਵਟ ਲੈ ਕੇ ਸੌਣਾ ਅਤੇ ਆਪਣਾ ਵੇਟ ਲੂਸ ਕਰਨਾ, ਹੈਲਦੀ ਲਾਈਫ ਸਟਾਈਲ ਫੋਲੋ ਕਰਨਾ। ਬੇਸਿਕਲੀ ਤਾਂ ਇਹੀ ਹੈ ਕਿ ਮੋਸਟਲੀ ਇਹ ਐਂਟੀਟੀ ਜਿਹੜੀ ਬਹੁਤ ਜ਼ਿਆਦਾ ਇਗਨੋਰ ਆ, ਜੇ ਪੇਸ਼ੈਂਟ ਨੂੰ ਲੱਗਦਾ ਹੈ ਕਿ ਖਰਾਟਿਆਂ ਦੀ ਉਹਨੂੰ ਦਿੱਕਤ ਆ, ਕੋਈ ਗੱਲ ਨਹੀਂ ਹੈ, ਨੋਰਮਲ ਚੀਜ਼ ਆ, ਪਰ ਜੇ ਖਰਾਟਿਆਂ ਦੀ ਦਿੱਕਤ ਇੰਨੀ ਜ਼ਿਆਦਾ ਹੈ ਕਿ ਤੁਹਾਡਾ ਪਾਟਨ ਡਿਸਟਰਬ ਹੋ ਰਿਹਾ ਆ, ਤੁਹਾਨੂੰ ਦਿਨ ਵੇਲੇ ਨੀਂਦ ਬਹੁਤ ਜ਼ਿਆਦਾ ਆ ਰਹੀ ਹੈ, ਤੁਹਾਡੀ ਨੋਰਮਲ ਲਾਈਫ ਜਿਹੜੀ ਆ ਉਸਦੇ ਕਰਕੇ ਡਿਸਟਰਬ ਹੋ ਰਹੀ ਹੈ, ਤੁਹਾਡੀ ਡੇ ਟਾਈਮ ਪਰਫੋਰਮੈਂਸ, ਤੁਹਾਡੀ ਮੈਮਰੀ, ਤੁਹਾਨੂੰ ਡਿਪਰੈਸ਼ਨ ਦਾ ਰਿਸਕ ਵੱਧ ਰਿਹਾ ਹੈ, ਤਾਂ ਇਸ ਨੂੰ ਦਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜੇ ਆਪਾਂ ਇਹਨੂੰ ਟਾਈਮ ਸਿਰ ਨਹੀਂ ਦਿਖਾਉਂਦੇ ਤਾਂ ਇਸ ਦੇ ਕਰਕੇ ਹੋਣ ਵਾਲਾ ਰਿਸਕ, ਜਿਵੇਂ ਕਿ ਇਹ ਪਹਿਲਾਂ ਵੀ ਗੱਲ ਕੀਤੀ ਹੈ, ਅਧਰੰਗ, ਕਾਰਡਿਕ ਫੇਲੀਅਰ, ਟਾਈਪ 2 ਰੈਸਪੀਰੇਟਰੀ ਫੇਲੀਅਰ, ਪਲਮਨਰੀ ਹਾਈਪਰਟੈਂਸ਼ਨ, ਉਹਨਾਂ ਦਾ ਰਿਸਕ ਬਹੁਤ ਜ਼ਿਆਦਾ ਵੱਧ ਜਾਂਦਾ ਹੈ। ਤਾਂ ਕੋਈ ਵੀ ਪੇਸ਼ੈਂਟ ਜੋ ਓਵਰਵੇਟ ਨੇ, ਜਿਨ੍ਹਾਂ ਨੂੰ ਐਵੇਂ ਦੀ ਸਮੱਸਿਆ ਆਉਂਦੀ ਹੈ, ਉਹ ਪਲੀਜ਼ ਆਪਣੇ ਲਾਗੇ ਕਿਸੇ ਵੀ ਪਲਮਨੋਲੋਜਿਸਟ ਨੂੰ ਦਿਖਾਉਣ, ਤਾਂ ਕਿ ਇਸ ਬਿਮਾਰੀ ਦਾ ਟਾਈਮ ਸਿਰ ਇਲਾਜ ਹੋ ਸਕੇ। ਥੈਂਕ ਯੂ।